ਅਸਲਾਮ ਵਾਲੀਕਮ ਜੀ, ਵੇਖੋ ਪੰਜਾਬ ਚੈਨਲ ਤੇ ਜੀ ਆਇਆਂ ਨੂੰ ਸੁਣਿਓ, ਜਿਉਂਦੇ ਵਾਸਤੇ ਰਹੋ। ਮੈਂ ਸੱਜਾਦ ਜੱਟ, ਅਦਾਕਾਰ ਸੁਲਤਾਨ ਰਾਏ ਦੀ ਇੱਕ ਹੋਰ ਨਵੀਂ ਅਨੋਖੀ ਗੱਲਬਾਤ ਤੁਹਾਡੇ ਸਾਹਮਣੇ ਲਿਆਇਆ। ਵੀਡੀਓ ਅੱਗੇ ਤੁਸੀਂ ਬੜੀਆਂ ਰਾਏ ਦੀਆਂ ਵੇਖੀਆਂ ਮੇਰੇ ਚੈਨਲ 'ਤੇ, ਲੇਕਿਨ ਅੱਜ ਵਾਲੀ ਇੱਕ ਨਵੀਂ ਸ਼ੈਅ ਹੋਏਗੀ। ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਕਰੋ, ਕਮੈਂਟ ਬੋਕਸ ਵਿੱਚ ਆਪਣੀ ਰਾਏ ਜ਼ਰੂਰ ਦਿਓ, ਵੀਡੀਓ ਪੂਰੀ ਵੇਖਿਓ। ਆਓ ਫਿਰ ਤੁਹਾਨੂੰ ਉਹ ਗੱਲਬਾਤ ਜਿਹੜੀ ਦੱਸਦੇ ਹਾਂ। ਅੱਛਾ ਜੀ, ਰਾਏ ਸਾਹਿਬ ਦੀਆਂ ਜਿਹੜੀਆਂ ਸੁਣਿਓ, ਮੈਂ ਕੋਈ 100 ਤੋਂ 10 ਤੋਂ ਮੇਰਾ ਖਿਆਲ ਬਹੁਤੀਆਂ ਵੀਡੀਓ ਜਿਹੜੀਆਂ ਰਾਏ ਸਾਹਿਬ 'ਤੇ ਕਰ ਚੁੱਕਿਆ ਇਸ ਵੇਲੇ, ਲੇਕਿਨ ਅੱਜ ਜਿਹੜੀ ਮੈਂ ਤੁਹਾਨੂੰ ਗੱਲਬਾਤ ਦੱਸਣ ਲੱਗਾ ਰਾਏ ਸਾਹਿਬ ਦੀ, ਇਹੋ ਜਿਹੀ ਗੱਲਬਾਤ ਤੁਹਾਨੂੰ ਪਹਿਲੇ ਪਤਾ ਹੀ ਨਹੀਂ ਹੋਣੀ। ਸਮਝ ਆਈ ਕਿ ਨਹੀਂ ਆਈ? ਇਹ ਵੀਡੀਓ ਦੇ ਪਿੱਛੇ ਕੀ ਹੈ? ਅੱਲਾ ਤੋਬਾ ਮੇਰੀ। ਤੇਰਾ ਭਲਾ ਹੋ ਜੇ। ਦੱਸ ਬਾਈ, ਦੱਸਾਂ ਇੱਥੇ ਕਰਨਾ ਕਿਸੇ ਨੇ ਕੀ? ਆਉਂਦੇ ਨੇ ਪੈਲੀਆਂ 'ਚ ਬਹਿ ਕੇ ਵੀਡੀਓ ਬਣਾਇਆ ਕਰੋ। ਉਹ ਮੈਂ ਕਈ ਵਾਰੀ ਆਖਿਆ ਕਿ ਕਿਤੇ ਅੰਦਰ ਬਹਿ ਕੇ ਬਣਾ ਲਈਏ। ਬੰਦਿਆਂ ਦੇ ਨਾ ਨਾ, ਸਾਨੂੰ ਬਾਹਰ ਦਾ ਮਾਹੌਲ ਹੀ ਚੰਗਾ ਲੱਗਦਾ। ਆ ਵੇਖੋ, ਅੱਲਾ ਨਾ ਕਰੇ, ਐਡਾ ਵੱਡਾ ਸੱਪ ਜੀ ਬੰਦੇ ਨੂੰ ਮਾਰਦੇ ਡੰਗ, ਜਾਂ ਚੰਬੜੇ ਕੀ ਬਣੇ।